ਚੱਕ ਲਓ ਬਸਤਾ, ਕਰ ਲਓ ਤਿਆਰੀਆਂ, ਆ ਗਈ ਸਕੂਲ ਜਾਣ ਦੀ ਵਾਰੀ। ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ, 2 ਅਗਸਤ ਯਾਨੀ ਕਿ ਅੱਜ ਦੇ ਦਿਨ ਜਿਹੜੇ ਸਕੂਲ ਹੈ ਪ੍ਰਾਈਵੇਟ ਅਤੇ ਸਰਕਾਰੀ ਖੋਲ੍ਹ ਦਿੱਤੇ ਜਾਣਗੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਪ੍ਰਾਈਵੇਟ ਸਕੂਲ ਹੈ ਜਿਹੜੇ ਛੋਟੀ ਕਲਾਸਾਂ ਦੇ ਬੱਚੇ ਆ ਸਕੂਲ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ। ਬੱਚਿਆਂ ਵੱਲੋਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਪੂਰੀਆਂ ਹਿਦਾਇਤਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਹੈਗੀਆਂ ਜੋ ਦਿੱਤੀਆਂ ਗਈਆਂ ਉਹਨਾਂ ਦਾ ਪਾਲਣ ਕੀਤਾ ਜਾ ਰਿਹਾ। ਜਿੱਥੇ ਬੱਚਿਆਂ ਦੇ ਮਾਪੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰ ਰਹੇ ਆ ਉੱਥੇ ਸਕੂਲ ਪ੍ਰਬੰਧਕ ਕਮੇਟੀ ਦੇ ਜਿਹੜੇ ਲੋਕ ਹੈ ਉਹ ਵੀ ਜਿਹੜੇ ਆ ਪਾਲਣ ਕਰ ਰਹੇ ਆ। ਸਾਡੇ ਨਾਲ ਇਸ ਟਾਈਮ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰ ਲੈਣੇ। ਸਰ, ਜਿੱਦਾਂ ਅੱਜ ਪੰਜਾਬ ਸਰਕਾਰ ਵੱਲੋਂ ਛੋਟੀਆਂ ਸਕੂਲ ਖੋਲ੍ਹ ਦਿੱਤੇ ਗਏ ਨੇ, ਤੁਹਾਡੇ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ? ਸਰ, ਬੱਚਿਆਂ ਨੂੰ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਕੰਸੈਂਟ ਲੈਟਰ ਲੈ ਕੇ ਆਉਣ, ਸੈਨੀਟਾਈਜ਼ਰ ਆਪਣਾ ਨਾਲ ਲੈ ਕੇ ਆਉਣ, ਵਾਟਰ ਬੋਟਲ ਆਪਣੇ ਨਾਲ ਲੈ ਕੇ ਆਉਣ, ਕਿਸੇ ਨਾਲ ਕੋਈ ਵੀ ਚੀਜ਼ਾਂ ਸ਼ੇਅਰ ਨਾ ਕਰਨ। ਹਜੇ ਤੱਕ ਜਿਹੜੀ ਵੀ ਕੰਸੈਂਟ ਲੈਟਰ ਹੈਗੀ ਉਹਨਾਂ ਨੂੰ ਵਟਸਐਪ 'ਤੇ ਸੈਂਡ ਕਰ ਦਿੱਤੀ ਗਈ ਹੈ, ਉਹ ਸਾਨੂੰ ਮਿਲੇਗੀ ਅਤੇ ਨਾਲ ਹੀ ਉਹਨਾਂ ਨੂੰ ਬੱਚੇ ਨੂੰ ਐਂਟਰ ਕਰਨ ਦੀ ਪਰਮਿਸ਼ਨ ਹੋਏਗੀ। ਜਿੱਦਾਂ ਛੋਟੀਆਂ ਕਲਾਸਾਂ ਖੋਲ੍ਹ ਦਿੱਤੀਆਂ ਗਈਆਂ, ਤੁਸੀਂ ਆਪਣੀ ਛੋਟੀ ਜਿਹੜੀ ਕਲਾਸ ਸਾਹਮਣੇ ਚੱਲਦੀ ਪਈ ਆ ਉਹ ਦਿਖਾ ਦਿਓ, ਬੱਚਿਆਂ ਨੂੰ ਕਿੱਦਾਂ ਪੜ੍ਹਾਇਆ ਜਾ ਰਿਹਾ, ਕਿੱਦਾਂ ਨਹੀਂ ਪੜ੍ਹਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਹਿਦਾਇਤਾਂ ਵੀ ਦਿੱਤੀਆਂ ਗਈਆਂ ਹੈ ਕਿ ਜਿਹੜੇ ਘਰੋਂ ਆਪਣੇ ਪਾਣੀ ਦੀ ਬੋਟਲ ਲੈ ਕੇ ਆਉਣ, ਮਾਸਕ ਪਾ ਕੇ ਆਉਣ, ਸਕੂਲ ਆਉਣ ਤੋਂ ਪਹਿਲਾਂ ਜਿਹੜਾ ਸਕੂਲ ਸੈਨੀਟਾਈਜ਼ਰ ਹੱਥ ਕੀਤੇ ਜਾ ਰਹੇ। ਸਕੂਲ ਤੁਹਾਨੂੰ ਸਕੂਲ ਦੀ ਕਲਾਸ ਦਿਖਾ ਦਿੰਦੇ ਹਾਂ ਕਿੱਦਾਂ ਸਕੂਲ ਦੀ ਜਿਹੜੀ ਕਲਾਸ ਚੱਲ ਰਹੀ ਹੈ, ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਜਾ ਰਿਹਾ, ਮੈਡਮ ਪੜ੍ਹਾ ਰਹੇ ਨੇ, ਤੁਸੀਂ ਤਸਵੀਰਾਂ ਹੀ ਦੇਖਦੇ ਹੋ। ਸਰ, ਜਿੱਦਾਂ ਇੱਕ ਕਲਾਸ ਦੇ ਵਿੱਚ ਛੋਟੀ ਕਲਾਸ ਹੈਗੀ, ਇੱਕ ਕਲਾਸ ਦੇ ਵਿੱਚ ਕਿੰਨੇ ਕੁ ਬੱਚੇ ਹੈ? ਸਰ, ਆਪਾਂ ਮੈਕਸੀਮਮ ਜਿਹੜੇ ਵੀ ਪ੍ਰੋਟੋਕੋਲ ਦੇ ਹਿਸਾਬ ਨਾਲ 24 ਤੋਂ ਵੱਧ ਬੱਚੇ ਆਪਾਂ ਨਹੀਂ ਬਿਠਾਉਣੇ ਹੈਗੇ ਇੱਕ ਕਲਾਸ ਦੇ ਵਿੱਚ। ਜਿੱਦਾਂ ਇਹ ਜਿਹੜੀ ਕਲਾਸ ਹੈ ਕਿੰਨਵੀਂ ਕਲਾਸ ਹੈ? ਇਹ 6th ਕਲਾਸ ਚੱਲ ਰਹੀ ਹੈ। 6th ਕਲਾਸ ਦੇ ਵਿੱਚ ਕਿੰਨੇ ਬੱਚੇ ਹੈ? ਸਰ, ਵੈਸੇ ਤਾਂ 93 ਹੈ ਕਿਉਂਕਿ ਅੱਜ ਪਹਿਲਾ ਦਿਨ ਹੋਣ ਕਰਕੇ ਬੱਚਿਆਂ ਦੀ ਸਟਰੈਂਥ ਥੋੜ੍ਹੀ ਇੰਨੀ ਘੱਟ ਹੈਗੀ ਹੈ। ਜੇ ਕੱਲ੍ਹ ਨੂੰ ਬੱਚੇ ਪੂਰੇ ਆ ਜਾਂਦੇ ਆ ਤਾਂ ਬੱਚਿਆਂ ਨੂੰ ਕਿੱਦਾਂ ਬਿਠਾਇਆ ਜਾਏਗਾ? ਸੋਸ਼ਲ ਡਿਸਟੈਂਸਿੰਗ, ਉਹੀ ਇੱਕ ਕਲਾਸ ਦੇ ਵਿੱਚ 24 ਬੱਚਿਆਂ ਦੀ ਆਪਾਂ ਵੱਧ ਤੋਂ ਵੱਧ ਸਟਰੈਂਥ ਰੱਖਣੀ ਹੈ। ਉਸ ਤੋਂ ਵੱਧ ਜੇ ਬੱਚੇ ਜ਼ਿਆਦਾ ਹੋ ਜਾਂਦੇ ਆ ਫਿਰ ਆਪਾਂ ਪਹਿਲੀ ਤੋਂ ਲੈ ਕੇ 6ਵੀਂ ਤੱਕ ਜਾਂ 8ਵੀਂ ਤੱਕ ਬੱਚਿਆਂ ਦੀ ਸਟਰੈਂਥ ਦੇ ਅਕੋਰਡਿੰਗ ਉਹਨਾਂ ਨੂੰ ਵਧਾ ਘਟਾ ਸਕਦੇ ਹਾਂ ਆਪਾਂ। ਮਤਲਬ ਕਿ ਇੱਕ ਵਾਰੀ ਇੱਕ ਸੈਸ਼ਨ ਬੁਲਾਵਾਂਗੇ ਅਤੇ ਫਿਰ ਦੂਸਰੇ ਸੈਸ਼ਨ ਮਤਲਬ ਅਲਟਰਨੇਟ ਡੇਜ਼ 'ਤੇ ਬੁਲਾਵਾਂਗੇ ਆਪਾਂ। ਕਿਤੇ ਨਾ ਕਿਤੇ ਫਿਰ ਸਕੂਲ ਨੂੰ ਵੀ ਕੋਈ ਦਿੱਕਤ ਆ ਸਕਦੀ ਆ ਕਿਉਂਕਿ ਇੱਦਾਂ ਬੱਚਿਆਂ ਨੂੰ ਪੜ੍ਹਾਉਣਾ ਸੀਕੁਐਂਸ ਵਾਈਜ਼, ਪਹਿਲਾਂ ਇੱਕ ਬੱਚਿਆਂ 24 ਬੱਚਿਆਂ ਨੂੰ ਪੜ੍ਹਾਉਣਾ ਫਿਰ ਦੂਸਰੇ 24 ਨੂੰ ਪੜ੍ਹਾਉਣਾ? ਹਾਂਜੀ, ਪ੍ਰੋਬਲਮ ਤਾਂ ਆਏਗੀ, ਪ੍ਰੋਬਲਮ ਟੀਚਰਸ ਨੂੰ ਵੀ ਹੈ, ਸਕੂਲ ਮੈਨੇਜਮੈਂਟ ਨੂੰ ਵੀ ਹੈ, ਪਰ ਫਿਰ ਵੀ ਆਪਾਂ ਮੈਨੇਜ ਕਰਨ ਦੀ ਕੋਸ਼ਿਸ਼ ਪੂਰੀ ਕਰਾਂਗੇ। ਦੂਜੇ ਪਾਸੇ ਸਰਕਾਰ ਵੱਲੋਂ ਹਿਦਾਇਤ ਦਿੱਤੀ ਗਈ ਹੈ ਕਿ ਜਿਹੜੇ ਬੱਚੇ ਸਕੂਲ 'ਚ ਆਉਣਾ ਚਾਹੁੰਦੇ ਉਹਨਾਂ ਦੇ ਮਾਪੇ ਦੀ ਸਹਿਮਤੀ ਜ਼ਰੂਰੀ ਹੈ, ਜਿਹੜੇ ਬੱਚੇ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਔਨਲਾਈਨ ਪੜ੍ਹਾਉਣਾ ਪਏਗਾ। ਔਨਲਾਈਨ ਪੜ੍ਹਾਉਣ ਲਈ ਕੀ ਕੀਤਾ ਜਾਏਗਾ? ਕਾਫੀ ਦਿੱਕਤ ਦਾ ਸਾਹਮਣਾ ਵੀ ਕਰਨਾ ਪਏਗਾ। ਸਾਡੀਆਂ ਦੋਨੋਂ ਸਿਸਟਮ ਨਾਲ ਨਾਲ ਚੱਲਣਗੇ, ਜਿਹੜੇ ਬੱਚੇ ਔਫਲਾਈਨ ਪੜ੍ਹਨਾ ਚਾਹਣਗੇ ਔਫਲਾਈਨ ਆਉਣ, ਜਿਹੜੇ ਬੱਚੇ ਜਿਨ੍ਹਾਂ ਕੋਲ ਕੰਸੈਂਟ ਲੈਟਰ ਹੈਗੀ ਹੈ, ਜਿਨ੍ਹਾਂ ਕੋਲ ਕੰਸੈਂਟ ਲੈਟਰ ਜਾਂ ਬੱਚੇ ਜਾਂ ਪੇਰੈਂਟਸ ਉਹ ਵਿਲਿੰਗ ਨਹੀਂ ਹੈਗੇ, ਉਹਨਾਂ ਨੂੰ ਆਪਾਂ ਔਨਲਾਈਨ ਹੀ ਪੜ੍ਹਾਵਾਂਗੇ। ਬੱਚਿਆਂ ਦੇ ਪੇਰੈਂਟਸ ਤੁਹਾਨੂੰ ਆਪਣੀ ਅਨੁਮਤੀ ਕਿੱਦਾਂ ਦੇ ਰਹੇ? ਵਟਸਐਪ 'ਤੇ ਭੇਜਦੇ ਜਾਂ ਸਕੂਲ ਵੱਲੋਂ ਕੋਈ ਲੈਟਰ ਇਸ਼ੂ ਕੀਤੀ ਗਈ ਹੈ? ਸਕੂਲ ਵੱਲੋਂ ਲੈਟਰ ਵੀ ਇਸ਼ੂ ਕੀਤੀ ਗਈ ਹੈ, ਜੋ ਡਿਪਾਰਟਮੈਂਟ ਵੱਲੋਂ ਸਾਨੂੰ ਲੈਟਰ ਆਈ ਹੈ ਉਹ ਆਪਾਂ ਬੱਚਿਆਂ ਦੇ ਪੇਰੈਂਟਸ ਨੂੰ ਦਿੱਤੀ ਹੈ, ਅਤੇ ਨਾਲ ਨਾਲ ਉਹਨਾਂ ਕੋਲੋਂ ਜਦੋਂ ਬੱਚੇ ਪੇਰੈਂਟਸ ਛੱਡਣ ਆਉਂਦੇ ਆ ਤਾਂ ਉਹਨਾਂ ਨੂੰ ਆਪਾਂ ਉਹਨਾਂ ਕੋਲੋਂ ਸਿਗਨੇਚਰ ਕਰਵਾ ਲੈਂਦੇ, ਕੰਸੈਂਟ ਲੈਟਰ ਆਪਾਂ ਲੈ ਲੈਂਦੇ ਹਾਂ। ਇਹ ਸੀ ਤੁਸੀਂ ਸਕੂਲ ਦੇ ਹਾਲਾਤ ਦੇਖ ਸਕਦੇ ਹੋ, ਹਾਲੀ ਪਹਿਲਾ ਦਿਨ ਹੈ, ਸਕੂਲ ਦੇ ਬੱਚੇ ਤਾਂ ਆ ਚੁੱਕੇ ਆ ਮਗਰ ਬੱਚੇ ਬਿਲਕੁਲ ਥੋੜ੍ਹੇ ਆਏ ਹੋਏ ਨੇ। ਸਕੂਲ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਸਕੂਲ ਦੇ ਵਿੱਚ ਪੂਰੀ ਤਰ੍ਹਾਂ ਨਾਲ ਬੱਚੇ ਆਉਂਦੇ ਆ ਤਾਂ ਸਕੂਲ ਨੂੰ 24-24 ਕਰਕੇ ਬੱਚਿਆਂ ਨੂੰ ਪੜ੍ਹਾਇਆ ਜਾਏਗਾ, ਜਿਸ ਕਾਰਨ ਸਕੂਲ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਵੀ ਪੈ ਰਿਹਾ। ਪੰਜਾਬ ਸਰਕਾਰ ਵੱਲੋਂ ਹਿਦਾਇਤਾਂ ਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਸਕੂਲ ਜਿਹੜੇ ਹੈਗਾ ਪ੍ਰਾਈਵੇਟ ਅਤੇ ਸਰਕਾਰੀ ਖੋਲ੍ਹ ਦਿੱਤੇ ਜਾਣ, ਮਗਰ ਕਿਤੇ ਨਾ ਕਿਤੇ ਹਾਲੀ ਜਿਹੜੇ ਹੈ ਸਕੂਲ ਤਾਂ ਖੋਲ੍ਹ ਦਿੱਤੇ ਗਏ ਮਗਰ ਜਿਹੜੀ ਸਕੂਲ ਦੀ ਰੌਣਕ ਹੈਗੀ ਹਾਲੀ ਪੂਰੀ ਤਰ੍ਹਾਂ ਨਹੀਂ ਆ ਸੀ। ਹੁਣ ਇਹ ਦੇਖਣਾ ਹੈ ਕਿ ਸਕੂਲ ਦੇ ਵਿੱਚ ਪੂਰੀ ਤਰ੍ਹਾਂ ਰੌਣਕ ਕਦੋਂ ਆਣਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ ਜਲੰਧਰ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।